ਪਿਆਰ ਦਾ ਤੂੰ ਮਾਣ ਮੇਰਵਾਨਾ ਰਖ ਲੈ ਕਰਦੇ ਵਿੱਚ ਸਾਰਾ ਮਾਹੌਲ ਗਾਇਕੀ ਦਾ ਹੀ ਹੈ ਉਹਨੇ ਨੀ ਗਲਿਆਖੀ ਹੋ ਜਾ ਦੂਰ ਮੇਰੇ ਕੋਲੋਂ ਤੇ ਅੱਜ ਕੱਲ ਲੋਕ ਚੰਗੇ ਗਾਣੇ ਨੂੰ ਭੁੱਲ ਚੁੱਕੇ ਨੇ ਦੋਸਤੋ ਮੈਂ ਹਾਂਜੀ ਤੁਹਾਡਾ ਦੋਸਤ ਲੱਕੀ ਤੇ ਜਗ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਸਲਾਮ ਅੱਜ ਇੱਕ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਸਖਸ਼ੀਤ ਨਵੀਂ ਉੱਭਰਦੀ ਹੋਈ ਆਵਾਜ਼ ਰਾਹਤ ਅਲੀ ਮਤੋਈ ਜੀ ਅਸੀਂ ਉਹਨਾਂ ਨਾਲ ਤੁਹਾਨੂੰ ਅੱਜ ਮਿਲਾਵਾਂਗੇ ਹਾਂਜੀ ਰਾਹਤ ਅਲੀ ਮਤੋਈ ਜੀ ਸਵਾਗਤ ਹੈ ਤੁਹਾਡਾ ਸਾਡੇ ਜਗ ਪੰਜਾਬੀ ਨਿਊਜ਼ ਚੈਨਲ ਤੇ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਜਗ ਪੰਜਾਬੀ ਨਿਊਜ਼ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਅਕਾਲ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਤੁਹਾਡੀ ਗਾਇਕੀ ਦੀ ਸ਼ੁਰੂਆਤ ਕਦੋਂ ਹੋਈ ਗਾਇਕੀ ਦੀ ਸ਼ੁਰੂਆਤ ਜੀ ਮੈਂ ਬਚਪਨ ਤੋਂ ਮੇਰੇ ਘਰ ਦੇ ਵਿੱਚ ਸਾਰਾ ਮਾਹੌਲ ਗਾਇਕੀ ਦਾ ਹੀ ਹੈ ਮੈਨੂੰ ਵਿਰਾਸਤ ਦੇ ਵਿੱਚ ਹੀ ਗਾਇਕੀ ਮਿਲੀ ਹੈ ਜਦੋਂ ਮੈਂ 4-5 ਸਾਲ ਦਾ ਸੀਗਾ ਮੇਰੇ ਦਾਦਾ ਜੀ 우ਸਤਾਦ ਜਨਾਬ ਸਦਾਗਰ ਅਲੀ ਮਤੋਈ ਜੀ ਜੋ ਕਿ ਸ਼ੁਰੂ ਤੋਂ ਕਵਾਲੀ ਦਾ ਕੰਮ ਕਰਦੇ ਆ ਰਹੇ ਨੇ ਤੇ ਜਦੋਂ ਮੈਂ ਛੋਟਾ ਜਿਹਾ ਸੀ 4-5 ਸਾਲਾਂ ਦਾ ਤੇ ਉਹ ਸਵੇਰ ਉੱਠ ਕੇ ਰਿਆਜ਼ ਕਰਦੇ ਹੁੰਦੇ ਸੀਗੇ ਤੇ ਰਿਆਜ਼ ਟਾਈਮ ਉਹਨਾਂ ਨੇ ਜਦੋਂ ਮੈਂ ਉੱਠਣਾ ਮੈਂ ਜਾ ਕੇ ਉਹਨਾਂ ਦੀ ਗੋਦੀ ਦੇ ਵਿੱਚ ਬੈਠ ਜਾਣਾ ਤੇ ਉਹਨਾਂ ਨੇ ਮੈਨੂੰ ਵੀ ਕਹਿਣਾ ਕਿ ਆ ਕਹਿ ਤੇ ਮੈਂ ਉਸ ਤੋਂ ਬਾਅਦ ਅੱਗੇ ਦੀ ਅੱਗੇ ਦੀ ਅੱਗੇ ਪ੍ਰੋਗਰਾਮਾਂ ਤੇ ਜਾਣ ਲੱਗ ਗਿਆ ਕਵਾਲੀ ਦਾ ਕੰਮ ਕਰਨ ਲੱਗ ਗਿਆ ਤੇ ਹੈ ਤਾਂ ਹਲੇ ਅੱਜ ਵੀ ਕੁਝ ਨਹੀਂ ਜਗ ਪੰਜਾਬੀ ਨਿਊਜ਼ ਚੈਨਲ ਦੇ ਜ਼ਰੀਏ ਤੁਸੀਂ ਪ੍ਰਮੋਟ ਕਰਨਾ ਅੱਗੇ ਲੈ ਕੇ ਜਾਣਾ ਤੇ ਬਸ ਇਸ ਤਰ੍ਹਾਂ ਸਾਡੀ ਗਾਇਕੀ ਦੀ ਮੇਰੀ ਸ਼ੁਰੂਆਤ ਹੋਈ ਹੈ ਹਾਂਜੀ ਰਾਹਤ ਅਲੀ ਜੀ ਤੁਸੀਂ ਇਸ ਗਾਇਕੀ ਦੀ ਲਾਈਨ ਦੇ ਵਿੱਚ ਕਿਸੇ ਤੋਂ ਤਾਲੀਮ ਵੀ ਹਾਸਿਲ ਕੀਤੀ ਹੈ ਕੋਈ ਗੁਰੂ ਤੁਹਾਡੇ ਜੀ ਮੇਰੇ ਅਸਲ ਵਿੱਚ ਵੱਡੇ ਕਹਿੰਦੇ ਨੇ ਜਿਹਦੇ ਤੋਂ ਆਪਾਂ ਸਿੱਖਦੇ ਆ ਗੁਰੂ ਤਾਂ ਉਹੀ ਹੁੰਦਾ ਤੇ ਤੁਹਾਨੂੰ ਜਿੱਦਾਂ ਦੱਸਿਆ ਮੇਰੇ ਦਾਦਾ ਜੀ ਸੁਦਾਗਰ ਅਲੀ ਮਤੋਈ ਜੀ ਉਹਨਾਂ ਤੋਂ ਮੈਂ ਸ਼ੁਰੂਆਤ ਕੀਤੀ ਰਿਆਜ਼ ਦੀ ਉਸ ਤੋਂ ਬਾਅਦ ਮੇਰੇ ਚਾਚਾ ਜੀ ਜਨਾਬ ਲਿਆਕਤ ਅਲੀ ਜੀ ਉਹਨਾਂ ਤੋਂ ਮੈਂ ਰਿਆਜ਼ ਕਰਨਾ ਸਿੱਖਿਆ ਸ਼ੁਰੂਆਤ ਕਰਨੀ ਸਿੱਖੀ ਤੇ ਜੋ ਰਸਮ ਇੱਕ 우ਸਤਾਦ ਗੁਰੂ ਦੀ ਰਸਮ ਹੁੰਦੀ ਹੈ ਉਹ ਮੇਰੇ ਬਹੁਤ ਹੀ ਅਜ਼ੀਜ਼ ਮੇਰੇ ਰਿਸਪੈਕਟਡ 우ਸਤਾਦ ਜਨਾਬ ਸ਼ੌਕਤ ਅਲੀ ਮਤੋਈ ਜੀ ਉਹ ਮੇਰੇ ਗੁਰੂ ਜੀ ਨੇ ਤੇ ਠੀਕ ਹੈ ਜੀ ਤੇ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਨੇ ਫੈਮਿਲੀ ਦੇ ਵਿੱਚ ਮੇਰੇ ਸਾਡੀ ਜੁਆਇੰਟ ਫੈਮਿਲੀ ਹੈ ਮੇਰੇ ਮਮਾ ਪਾਪਾ ਛੋਟਾ ਬ੍ਰਦਰ ਹੈ ਚਾਚੂ ਜੀ ਨੇ ਔਰ ਮਾਸੀ ਜੀ ਨੇ ਬੱਚੇ ਨੇ ਸਾਰੇ ਤੇ ਮੇਰੇ ਪਾਪਾ ਜੀ ਦਿਲਦਾਰ ਅਲੀ ਜੀ ਉਹ ਫੋਰਨ ਵਿੱਚ ਰਹਿੰਦੇ ਨੇ ਦੋਹਾ ਕਤਰ ਦੇ ਵਿੱਚ ਹਾਂਜੀ ਰਾਹਤ ਅਲੀ ਜੀ ਸਾਡੇ ਦਰਸ਼ਕਾਂ ਨੂੰ ਦੋ ਲਾਈਨਾਂ ਗਾਣੇ ਦੀਆਂ गा ਕੇ ਸੁਣਾਓ ਜੀ ਦੇਖੋ ਜੀ ਗਾਣੇ ਦੀਆਂ ਗਾਣਾ ਤਾਂ ਬਹੁਤ ਦੂਰ ਦੀ ਗੱਲ ਹੈ ਗਾਣ ਗਾਣੇ ਜੋਗਾ ਤਾਂ ਮੈਂ ਹੈ ਹੀ ਨਹੀਂ ਇੱਕ ਬੜਾ ਸ਼ੁਕਰਗੁਜ਼ਾਰ ਕਰਦਾ ਮੈਂ ਇਸ ਚੈਨਲ ਦੇ ਓਨਰ جناب پرویز ਪਟ ਜੀ ਜਿਨ੍ਹਾਂ ਨੇ ਮੈਨੂੰ ਇੰਨੇ ਕਾਬਿਲ ਸਮਝਿਆ ਕਿ ਇੱਕ ਮਿੱਟੀ ਦੇ ਕਤਰੇ ਤੋਂ ਮੈਨੂੰ ਇੱਕ ਕੈਮਰੇ ਦੇ ਅੱਗੇ ਖੜਾ ਕੇ ਮੇਰੀ ਇੰਟਰਵਿਊ ਲੈ ਰਹੇ ਨੇ ਮੈਂ ਇਸ ਕਾਬਿਲ ਨਹੀਂ ਹਾਂ ਬਿਲਕੁਲ ਵੀ ਨਹੀਂ ਹਾਂ ਔਰ ਮੈਨੂੰ ਗਾਣਾ ਵੀ ਨਹੀਂ ਆਉਂਦਾ ਬਿਲਕੁਲ ਵੀ ਤੇ ਕੋਸ਼ਿਸ਼ ਜ਼ਰੂਰ ਕਰਦਾ ਕਿ ਮੈਂ ਅਪਸਰੋਤਿਆਂ ਨੂੰ ਕੁਝ ਸੁਨਾ ਸਕਾਂ ਕਿਉਂਕਿ ਮੈਂ ਲਾਈਵ ਸ਼ੋਅ ਦੇ ਵਿੱਚ ਕਵਾਲੀ ਦਾ ਪ੍ਰੋਮ ਕਰਦਾ ਜਿੱਦਾਂ ਸੂਫੀ ਉੱਥੇ ਜੋ ਦਰਸ਼ਕ ਸੁਣਦੇ ਨੇ ਕਦੀ ਕਦੀ ਬੜਾ ਪਿਆਰ ਮਿਲਦਾ ਉਸ ਦੀਆਂ ਦੋ ਲਾਈਨਾਂ ਤੁਹਾਡੀ ਨਜ਼ਰ ਕਰਦਾ ਜੀ ਚਾਹਤਾ ਹੈ ਦੇ ਦੂੰ ਮੈਂ ਤੋਹਫੇ ਮੈਂ ਤੁਮੇ ਅੱਖਾਂ ਦਰਸ਼ਨ ਕਾ ਤੋ ਦਰਸ਼ਨ ਹੈ ਨਜ਼ਰਾਨੇ ਕਾ ਨਜ਼ਰਾਨਾ ਪਿਆਰ ਦਾ ਤੂੰ ਮਾਣ ਮੇਰਵਾਨਾ ਰਖ ਲੈ ਸਾਡੇ ਵੱਲੋਂ ਦਿਲ ਨਜ਼ਰਾਨਾ ਰਖ ਲੈ ਵੇ ਮਾਇਆ ਪਰਦਾ ਤੁਮਾਨ ਮੇਰਵਾਨ ਰਖ ਲੈ ਸਾਡੇ ਵੱਲੋਂ ਦਿਲ ਨਜ਼ਰਾਨਾ ਰਖ ਲੈ ਸਾਡੇ ਵੱਲੋਂ ਦਿਲ ਨਜ਼ਰਾਨਾ ਰਖ ਲੈ ਕੀ ਬਾਤ ਹੈ ਜੀ ਬਹੁਤ ਹੀ ਖੂਬਸੂਰਤ ਆਵਾਜ਼ ਤੁਹਾਡੀ ਹਾਂਜੀ ਰਾਹਤ ਅਲੀ ਜੀ ਜਿੱਦਾਂ ਕੀ ਤੁਸੀਂ ਦੱਸਿਆ ਕਿ ਗਾਏ ਕੀ ਵਿਰਾਸਤ ਵਿੱਚ ਤੁਹਾਨੂੰ ਮਿਲੀ ਹੈ ਤੇ ਤੁਹਾਡੇ ਪਰਿਵਾਰ ਦੇ ਵਿੱਚ ਹੋਰ ਵੀ ਕੌਣ-ਕੌਣ ਯਾਨੀ ਕਿ ਗਾਰੇ ਨੇ ਸਾਡੇ ਪਰਿਵਾਰ ਦੇ ਵਿੱਚ ਤਕਰੀਬਨ ਗਾਇਕੀ ਦੀ ਲਾਈਨ ਹੀ ਚੱਲ ਰਹੀ ਹੈ ਸਾਡੇ ਸ਼ੁਰੂ ਤੋਂ ਮਤਲਬ ਦਾਦਾ-ਪਰਦਾਦਿਆਂ ਤੋਂ ਸਾਡੇ ਇਹ ਲਾਈਨ ਚੱਲ ਰਹੀ ਹੈ ਸੋ ਸਾਡੀ ਸਾਰੀ ਫੈਮਿਲੀ ਹੀ ਕਲਾਕਾਰਾਂ ਦੀਆਂ ਸਿੰਗਰਾਂ ਦੀਆਂ ਜਿੱਦਾਂ ਕਿ ਮੇਰੇ ਪਰਿਵਾਰ ਦੇ ਵਿੱਚ ਮੇਰੇ ਚਾਚਾ ਜੀ ਨੇ ਲਿਆਕਤ ਅਲੀ ਜੀ ਜੋ ਕਿ ਜਿਨ੍ਹਾਂ ਦੇ ਬਹੁਤ ਅੱਛੇ ਗਾਣੇ ਆਹਨੇ ਉਸ ਤੋਂ ਬਾਅਦ ਮੇਰੇ ਦਾਦਾ ਜੀ ਸਦਾਗਰ ਅਲੀ ਜੀ ਜਿਨ੍ਹਾਂ ਨੇ ਕਵਾਲੀ ਦੇ ਵਿੱਚ ਬੜਾ ਨਾਮ ਕੀਤਾ ਮਨਜ਼ੂਰ ਅਲੀ ਜੀ ਜਿਨ੍ਹਾਂ ਨੇ ਲਾਈਵ ਖਾੜਿਆਂ ਦੇ ਵਿੱਚ ਬੜਾ ਨਾਮ ਕੀਤਾ ਤੇ ਮੇਰੇ ਤਾਉ ਜੀ ਜਨਾਬ ਸਰਦਾਰ ਅਲੀ ਜੀ ਜੋ ਕਿ ਅੱਜ ਦੇ ਟਾਈਮ ਦੇ ਸਟਾਰ ਨੇ ਮੇਰੇ ਉਸਤਾਦ ਜੀ ਜਨਾਬ ਸ਼ੌਕਤ ਅਲੀ ਮਤੋਈ ਜੀ ਤੇ ਮੇਰੇ ਚਾਚਾ ਜੀ ਫਿਰੋਜ਼ ਖਾਨ ਜੀ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਉੱਤੇ ਆਪਣੀ ਆਵਾਜ਼ ਨਾਲ ਰਾਜ ਕੀਤਾ ਸੋ ਉਹਨਾਂ ਤੋਂ ਹੀ ਇੱਕ ਤਣਕਾ ਮੈਂ ਤਾਂ ਉਹਨਾਂ ਦੇ ਪੈਰਾਂ ਦੀ ਖਾਕ ਵੀ ਨਹੀਂ ਆ ਤੇ ਉਹਨਾਂ ਦੇ ਕੁਝ ਇੱਕ ਤਣਕਾ ਮੈਨੂੰ ਵੀ ਮਿਲ ਗਿਆ ਜਿਹਦੇ ਨਾਲ ਸ਼ਾਇਦ ਮੈਂ ਰੋਟੀ ਕਮਾ ਸਕਾਂ ਖਾ ਸਕਾਂ ਔਰ ਜਗ ਪੰਜਾਬੀ ਨਿਊਜ਼ ਚੈਨਲ ਜੋ ਕਿ ਮੈਨੂੰ ਅੱਗੇ ਲਿਜਾ ਸਕਦਾ ਇਸ ਲਈ ਬੜੀ ਮਿਹਰਬਾਨੀ ਥੈਂਕ ਯੂ ਹਾਂਜੀ ਰਾਹਤ ਅਲੀ ਜੀ ਜਿੱਦਾਂ ਕੀ ਤੁਹਾਡੇ ਚਾਚਾ ਜੀ ਫਿਰੋਜ਼ ਖਾਨ ਜੀ ਸਾਡੇ ਦਰਸ਼ਕਾਂ ਨੂੰ ਵੀ ਉਹਨਾਂ ਦਾ ਇੱਕ ਗੀਤ ਸੁਣਾ ਦਿਓ ਜੀ ਹੂੰ ਪੈਣ ਕਾਲੀ ਜੇ ਚੁਹ ਹਲ ਆਇਆ ਅੱਖੀਆਂ ਚ ਪਾਣੀ ਕੱਲੇ ਬੈਠਿਆਂ ਨੂੰ ਆਹੀ ਜਦੋਂ ਯਾਦ ਉਹ ਪੁਰਾਣੀ ਮੈਨੂੰ ਮਿਲਣੇ ਦਾ ਨਿੱਤ ਤੇਰਾ ਨਮਾ ਸੀ ਬਹਨ ਅੱਜ ਸਜਣਾ ਵੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ ਹਾਂ ਅੱਜ ਸਜਣਾ ਵੇ ਮਿਲਿਆਂ ਨੂੰ ਹੋ ਗਿਆ ਜ਼ਮਾਨਾ ਕਿਆ ਬਾਤ ਹੈ ਜੀ ਤੁਹਾਡਾ ਕੋਈ ਮਾਰਕੀਟ ਦੇ ਵਿੱਚ ਅੱਜ ਤੱਕ ਕੋਈ ਟਰੈਕ ਕੋਈ ਸੌਂਗ ਆਇਆ ਜੀ ਟਰੈਕ ਅ ਅੱਜ ਦੇ ਟਾਈਮ ਦਾ ਜੋ ਦੌਰ ਹੈ ਭਾਜੀ ਜੋ ਅੱਜ ਚੱਲ ਰਿਹਾ ਹੈ ਤੇ ਅੱਜ ਕੱਲ ਲੋਕ ਚੰਗੇ ਗਾਣੇ ਨੂੰ ਭੁੱਲ ਚੁੱਕੇ ਨੇ ਚੰਗੇ ਗਾਇਕਾਂ ਨੂੰ ਚੰਗੇ ਗਾਣੇ ਨੂੰ ਮੈਂ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਚੰਗਾ ਆ ਜਾਂ ਮੈਂ ਬਹੁਤ ਗਾਇਕਾ ਮੈਂ ਕੁਝ ਵੀ ਨਹੀਂ ਹ ਬਟ ਬਹੁਤ ਹੀ ਅੱਛੇ ਅੱਛੇ ਕਲਾਕਾਰ ਬਹੁਤ ਹੀ ਅੱਛੇ ਅੱਛੇ ਫਨਕਾਰ ਜੋ ਕਿ ਬਹੁਤ ਪਿੱਛੇ ਰਹਿ ਚੁੱਕੇ ਨੇ ਅੱਜ ਕੱਲ ਲੋਕ ਸਿਰਫ ਜਿਹੜੇ ਨਸ਼ਿਆਂ ਨੂੰ ਪ੍ਰਮੋਟ ਕਰਦੇ ਨੇ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਪਿੱਛੇ ਵੱਧ ਲੱਗੇ ਹੋਏ ਨੇ ਗਾਇਕਾਂ ਪਿੱਛੇ ਲੜੀ ਜਾਂਦੇ ਨੇ ਗਾਇਕਾਂ ਪਿੱਛੇ ਝਗੜੀ ਜਾਂਦੇ ਨੇ ਸੋ ਮੈਂ ਸਾਰੇ ਸਰੋਤਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਲੀਜ਼ ਤੁਸੀਂ ਇੱਕ ਕਲਾਕਾਰ ਨੂੰ ਇੱਕ ਸਿੰਗਰ ਨੂੰ ਉਸ ਦੀ ਜਗ੍ਹਾ ਤੇ ਰੱਖਿਆ ਕਰੋ ਤੇ ਪਲੀਜ਼ ਚੰਗਾ ਗਾਣਾ ਸੁਣੋ ਤੇ ਭਾਜੀ ਟਰੈਕ ਤਾਂ ਤਾਨੂੰ ਵੀ ਪਤਾ ਹੀ ਹੈ ਕਿ ਅੱਜ ਦਾ ਦੌਰ ਇਦਾਂ ਦਾ ਟਾਈਮ ਹੈ ਤਾਂ ਦਾ ਕਿ ਸਾਡਾ ਪਰਿਵਾਰ ਹੈ ਜੋ ਇੱਕ ਮਿਡਲ ਕਲਾਸ ਫੈਮਲੀ ਆ ਕੋਈ ਅਰ ਜੋ ਅੱਜ ਦੇ ਟਾਈਮ ਚ ਟਰੈਕ ਕਰਨਾ ਜਾਂ ਉਹਦੇ ਲਈ ਬਹੁਤ ਪੈਸਾ ਵੀ ਚਾਹੀਦਾ ਤੇ ਪਹਿਲਾਂ ਆਡੀਓ ਕਰਨੀ ਪੈਂਦੀ ਹੈ ਮਿਊਜ਼ਿਕ ਕਰਵਾਉਣਾ ਪੈਂਦਾ ਹੈ ਫਿਰ ਵੀਡੀਓ ਕਰਨੀ ਪੈਂਦੀ ਹੈ ਫਿਰ ਚੈਨਲਾਂ 'ਤੇ ਪਾਉਣਾ ਪੈਂਦਾ ਅੱਜ ਕੱਲ ਤਾਂ ਬਹੁਤ ਔਖਾ ਹੈ ਸੋ ਹਲੇ ਤੱਕ ਤਾਂ ਮੇਰਾ ਨਹੀਂ ਕੋਈ ਇਦਾਂ ਵਡਾ ਇੱਕ ਛੋਟਾ ਜਿਹਾ ਮੇਰਾ ਟਰੈਕ ਆਇਆ ਸੀ ਜੋ ਕਿ ਮੈਂ ਆਪਣੇ ਫਾਦਰ ਸਾਹਿਬ ਜੋ ਕਿ ਵਾਰ ਬੈਠ ਨੇ ਉਹ ਮੇਰੀ ਬਹੁਤ ਸਪੋਰਟ ਕਰਦੇ ਨੇ ਉਹ ਕਹਿੰਦੇ ਨੇ ਕਿ ਤੂੰ ਜੋ ਕਰਨਾ ਕਰ ਮੈਂ ਤੇਰੇ ਪਿੱਛੇ ਹਾਂ ਬਟ ਮੈਂ ਉਹਨਾਂ ਲਈ ਸੋਚਦਾ ਕਿ ਨਹੀਂ ਕਿ ਮੈਂ ਉਹਨਾਂ ਲਈ ਕਰਾਂ ਮੈਂ ਉਹਨਾਂ ਨੂੰ ਮਤਲਬ ਉਹ ਖੁਸ਼ੀ ਦੇ ਸਕਾਂ ਜੋ ਮੈਂ ਸੋਚੀ ਹੈ ਕਿਉਂਕਿ ਇੱਕ ਬਾਪ ਦਾ ਫਰਜ਼ ਹੁੰਦਾ ਆਪਣੇ ਬੱਚੇ ਨੂੰ ਅੱਗੇ ਲੈ ਕੇ ਆਉਣਾ ਔਰ ਮੇਰੇ ਲਈ ਬਹੁਤ ਸਪੋਰਟ ਕਰਦੇ ਨੇ ਉਹਨਾਂ ਦੀ ਇੱਕ ਮਿਹਨਤ ਦੀ ਕਮਾਈ ਦੇ ਵਿੱਚੋਂ ਮੈਂ ਇੱਕ ਛੋਟਾ ਜਿਹਾ ਟਰੈਕ ਕੀਤਾ ਸੀ ਜਿਹਦੀਆਂ ਦੋ ਲਾਈਨਾਂ ਮੈਂ ਤੁਹਾਨੂੰ ਸੂਫੀ ਟਰੈਕ ਸੀ ਜਿਹਦੀਆਂ ਦੋ ਲਾਈਨਾਂ ਮੈਂ ਤੁਹਾਨੂੰ ਸੁਣਾਵਾਂ ਜੀ ਕੀ ਕੀ ਉਹਦੀ ਸਿਫਤ ਸੁਣਾਵਾ ਮੈਂ ਉਸ ਤੋਂ ਬਲੇ ਹਾਰੇ ਜਾਵਾ ਕੀ ਕੀ ਉਹਦੀ ਸਿਫਤ ਸੁਣਾਵਾ ਮੈਂ ਉਸ ਤੋਂ ਬਲੇ ਹਾਰੇ ਜਾਵਾ ਜੋ ਡੇਰੇ ਬੈਠਾ ਸਭ ਦੇ ਕੰਮ ਸਵਾਰੀ ਜਾਂਦਾ ਏ ਜੋ ਡੇਰੇ ਬੈਠਾ ਸਭ ਦੇ ਕੰਮ ਸਵਾਰੀ ਜਾਂਦਾ ਏ ਮੇਰਾ ਸਾਈਂ ਬੈਠਾ ਡੇਰੇ ਦੁਨੀਆਂ ਤਾਰੀ ਜਾਂਦਾ ਏ ਲਾਡੀ ਸਾਈਂ ਬੈਠਾ ਡੇਰੇ ਦੁਨੀਆਂ ਤਾਰੀ ਜਾਂਦਾ ਏ ਕੀ ਬਾਤ ਹੈ ਜੀ ਬਹੁਤ ਖੂਬਸੂਰਤ ਹਾਂਜੀ ਇਰਾਹਤ ਅਲੀ ਮਤੋਈ ਜੀ ਜਿੱਦਾਂ ਕਿ ਮਤੋਈ ਸ਼ਬਦ ਹੈ ਜਿਹੜਾ ਹੈ ਬਹੁਤ ਵੱਡੇ ਵੱਡੇ ਨਾਮ ਬਾਹਰ ਫਿੰਗਰਾਂ ਦੇ ਪਿੱਛੇ ਲੱਗਦਾ ਜਿੱਦਾਂ ਕਿ ਸ਼ੌਕਤ ਅਲੀ ਮਤੋਈ ਸਾਹਿਬ ਸਰਦਾਰ ਅਲੀ ਮਤੋਈ ਸਾਹਿਬ ਅਕਟਰ ਅਲੀ ਮਤੋਈ ਇਹਨਾਂ ਦੇ ਨਾਮ ਦੇ ਪਿੱਛੇ ਲੱਗਦਾ ਤੇ ਇਹਦਾ ਕੀ ਮਤਲਬ ਹੈ ਜੀ ਅ ਅਸਲ ਵਿੱਚ ਜੀ ਇਹ ਮਤੋਈ ਜਿਹੜਾ ਹੈ ਉਹ ਸਾਡਾ ਇੱਕ ਛੋਟਾ ਜਿਹਾ ਨਗਰ ਹੈ ਪਿੰਡ ਹੈ ਜੋ ਕਿ ਮਲੇ ਕੋਲੇ ਤੋਂ 2-4 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇੱਥੇ ਦੇ ਮਤਲਬ ਸਾਡੇ ਸਾਰਿਆਂ ਦਾ ਇੱਕ ਮੋਟਿਵ ਹੈ ਕਿ ਅਸੀਂ ਆਪਣੇ ਪਿੰਡ ਦਾ ਨਾਮ ਰੌਸ਼ਨ ਕਰੀਏ ਆਪਣੇ ਪਿੰਡ ਮੇਰੇ ਉਸਤਾਦ ਜੀ ਹੁਣਾਂ ਨੇ ਤਾਂ ਬੜਾ ਕੀਤਾ ਹੈ ਸ਼ੌਕਤ ਅਲੀ ਮਤੋਈ ਖਾਨ ਸਾਹਿਬ ਉਹਨਾਂ ਦਾ ਮਤੋਈ ਮਤੋਈ ਬਹੁਤ ਉਹਨਾਂ ਨੇ ਨਾਮ ਕੀਤਾ ਔਰ ਸਾਡੀ ਵੀ ਕਿਤੇ ਨਾ ਕਿਤੇ ਇਹ ਬਣਦਾ ਕਿ ਅਸੀਂ ਵੀ ਆਪਣੇ ਪਿੰਡ ਦਾ ਨਾਮ ਉੱਚਾ ਕਰੀਏ ਇਸ ਲਈ ਸਾਡੇ ਪਿੰਡ ਦਾ ਨਾਮ ਮਤੋਈ ਜੋ ਅਸੀਂ ਉਹ ਸਾਰਿਆਂ ਨੇ ਸਰਨੇਮ ਲਗਾਇਆ ਹੋਇਆ ਹੈ ਠੀਕ ਹੈ ਜੀ ਬਹੁਤ ਚੰਗੀ ਗੱਲ ਹੈ ਜੀ ਤੁਸੀਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰ ਰਹੇ ਆ ਹਾਂਜੀ ਰਾਹਤ ਅਲੀ ਜੀ ਜਾਂਦੇ ਜਾਂਦੇ ਦੋ ਲੈਣਾ ਸਾਡੇ ਦਰਸ਼ਕਾਂ ਨੂੰ ਰੂਬਰੂ ਕੀਤੀਆਂ ਜਾਣ ਮੈਂ ਜਦ ਸਾਹਮਣੇ ਬਿਠਾ ਕੇ ਛੇੜੀ ਰੋਸਿਆਂ ਦੀ ਗੱਲ ਮੈਂ ਜਦ ਸਾਹਮਣੇ ਬਿਠਾ ਕੇ ਛੇੜੀ ਰੋਸਿਆਂ ਦੀ ਗੱਲ ਹੱਥ ਜੋੜ ਜੋੜ ਪੁੱਛਾਂ ਜੋੜ ਜੋੜ ਪੁੱਛਾਂ ਕੀ ਹੋ ਗਿਆ ਕਸੂਰ ਮੇਰੇ ਕੋਲੋਂ ਉਹਨੇ ਐਨੀ ਗੱਲ ਆਖੀ खोजा दूर मेरे कोलों उने नी गल आखी खोजा दूर मेरे कोलों क्या बात है जीवा, जीवा। हाँ जी वाह वाह हां जी राहत अली जी ਅਸੀਂ ਜਗ ਪੰਜਾਬੀ ਨਿਊਜ਼ ਚੈਨਲ ਵੱਲੋਂ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦੀਆਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨਾਲ ਰੂਬਰੂ ਹੋਏ ਜੀ 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 ਮੈਂ ਐਨੇ ਜੋਗਾ ਕਿਥੇ ਆ ਕਿ ਤੁਸੀਂ ਮੇਰਾ ਧੰਨਵਾਦ ਕਰਦੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਜਗ ਪੰਜਾਬੀ ਨਿਊਜ਼ ਦਾ ਸਾਡੇ پرویز ਬਾਜ ਜੀ ਦਾ ਮੇਰੇ ਮਾਮਾ ਜੀ ਵਿਜੇ ਮਾਮਾ ਜੀ ਦਾ ਬੜਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੇ ਕਰਕੇ ਮੈਂ ਇਸ ਚੈਨਲ ਦੇ ਉੱਤੇ ਤੁਹਾਡੇ ਰੂਬਰੂ ਹੋ ਰਿਹਾ ਸੋ ਬੜੀ ਮਿਹਰਬਾਨੀ ਤੁਸੀਂ ਐਨੇ ਜੋਗਾ ਸਮਝਿਆ ਇੱਕ ਮਿੱਟੀ ਦੀ ਖਾਕ ਨੂੰ ਐਨੇ ਜੋਗਾ ਸਮਝਿਆ ਸੋ ਬਸ ਇਹੀ ਇੱਕ ਦੁਆ ਕਰੋ ਸਾਰੇ ਤੇ ਰਿਕੁਐਸਟ ਆ ਤੁਹਾਡੇ ਅੱਗੇ ਕਿ ਚੰਗਾ ਗਾਣਾ ਸੁਣੋ ਸਾਡੇ ਵਰਗੇ ਗਰੀਬਾਂ ਨੂੰ ਵੀ ਪ੍ਰਮੋਟ ਕਰੋ ਅੱਗੇ ਲੈ ਕੇ ਆਓ ਤਾਂ ਕਿ ਅਸੀਂ ਵੀ ਰੋਟੀ ਖਾਣ ਜੋਗੇ ਹੋ ਜੇ ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਵਧੀਆ ਵਧੀਆ ਵੀਡੀਓਜ਼ ਨਿਊਜ਼ ਐਂਟਰਟੇਨਮੈਂਟ ਦੇਖਣ ਦੇ ਲਈ ਹੁਣੇ ਹੀ ਜਗ ਪੰਜਾਬੀ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਫੇਰ ਦੁਬਾਰਾ ਥੈਂਕ ਯੂ